ਸੈਯਦ ਗੁਲਾਮ ਸ਼ਾਹ ਦੇ ਘਰ 13 ਜੂਨ 1647 ਨੂੰ ਬਦਰੁਦੀਨ ਦਾ ਜਨਮ ਹੋਇਆ, ਜੋ ਕਿ ਬਾਅਦ ਵਿੱਚ ਪੀਰ ਬੁੱਧੂ ਸ਼ਾਹ ਬਣੇ। ਪੀਰ ਬੁੱਧੂ ਸ਼ਾਹ ਜੀ ਪੀਰ ਭੀਖਣ ਸ਼ਾਹ ਜੀ ਦੇ ਸ਼ਾਗਿਰਦ ਬਣੇ। ਭੀਖਣ ਸ਼ਾਹ ਜੀ ਦੇ ਚੇਲੇ ਬਣਨ ਤੋਂ ਬਾਅਦ ਆਪ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸ਼ਰਧਾਲੂ ਬਣ ਗਏ। ਪੀਰ ਬੁੱਧੂ ਸ਼ਾਹ ਜੀ ਦੀ ਯਾਦ ਦੇ ਵਿੱਚ ਪਿੰਡ ਸਟੋਰੇ ਵਿਖੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ। ਜਨਮ ਅਸਥਾਨ ਪੀਰ ਬੁੱਧੂ ਸ਼ਾਹ ਜੀ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਹਿਲੇ ਭੰਗਾਣੀ ਦੇ ਯੁੱਧ 1687 ਦੇ ਵਿੱਚ ਪੀਰ ਬੁੱਧੂ ਸ਼ਾਹ ਜੀ ਆਪਣੇ ਦੋ ਭਰਾ, 4 ਪੁੱਤਰ ਅਤੇ 700 ਮਰੀਦਾਂ ਦੇ ਨਾਲ ਗੁਰੂ ਸਾਹਿਬ ਦੇ ਕੋਲ ਆਏ। ਭੰਗਾਣੀ ਦੇ ਯੁੱਧ ਦੇ ਵਿੱਚ ਪੀਰ ਬੁੱਧੂ ਸ਼ਾਹ ਜੀ ਦੇ ਦੋ ਪੁੱਤਰ, ਇੱਕ ਭਰਾ ਅਤੇ 500 ਦੇ ਕਰੀਬ ਮੁਰੀਦ ਸ਼ਹਾਦਤ ਦਾ ਜਾਮ ਪੀ ਗਏ। ਪੀਰ ਬੁੱਧੂ ਸ਼ਾਹ ਜੀ ਜਦੋਂ ਗੁਰੂ ਸਾਹਿਬ ਕੋਲੋਂ ਵਾਪਸ ਜਾਣ ਦੇ ਲਈ ਆਏ ਤਾਂ ਗੁਰੂ ਸਾਹਿਬ ਜੀ ਨੇ ਕਿਹਾ ਕਿ ਪੀਰ ਜੀ, ਅਸੀਂ ਤੁਹਾਡੀ ਜੋ ਸੇਵਾ ਹੈ ਉਸ ਤੋਂ ਖੁਸ਼ ਹਾਂ, ਮੰਗੋ ਕੀ ਮੰਗਦੇ ਹੋ। ਤਾਂ ਪੀਰ ਜੀ ਕਹਿੰਦੇ, ਗੁਰੂ ਸਾਹਿਬ ਆਪ ਜੀ ਨੂੰ ਜੋ ਚੀਜ਼ ਸਭ ਤੋਂ ਪਿਆਰੀ ਹੈ ਨਾ ਉਹ ਦੇ ਦਿਉ, ਅਗਰ ਆਪ ਜੀ ਤੁੱਠੇ ਹੋ ਤਾਂ। ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਉਸ ਸਮੇਂ ਆਪਣੇ ਕੇਸਾਂ ਦੇ ਵਿੱਚ ਕੰਘਾ ਕਰ ਰਹੇ ਸਨ, ਤਾਂ ਗੁਰੂ ਸਾਹਿਬ ਨੇ ਉਹ ਕੰਘਾ ਕੇਸਾਂ ਸਮੇਤ ਪੀਰ ਜੀ ਦੀ ਝੋਲੀ ਪਾ ਦਿੱਤਾ ਅਤੇ ਆਖਿਆ ਕਿ ਪੀਰ ਜੀ, ਮੈਨੂੰ ਇਹ ਕੇਸਾਂ ਤੋਂ ਕੇਸ ਮੈਨੂੰ ਸਭ ਤੋਂ ਪਿਆਰੇ ਹਨ, ਕੇਸ ਗੁਰੂ ਦੀ ਮੋਹਰ। ਤਾਂ ਗੁਰੂ ਜੀ ਨੇ ਪੀਰ ਜੀ ਨੂੰ ਕੇਸਾਂ ਸਮੇਤ ਕੰਘਾ, ਇੱਕ ਸਿਰਪਾਓ ਅਤੇ ਇੱਕ ਕਿਰਪਾਨ ਭੇਟ ਕੀਤੀ। ਗੁਰੂ ਸਾਹਿਬ ਨੂੰ ਕੇਸ ਇੰਨੇ ਪਿਆਰੇ, ਸਿੱਖ ਪੰਥ ਦੇ, ਸਿੱਖ ਕੌਮ ਦੇ 5 ਤਖਤ ਹਨ, ਸ਼੍ਰੀ ਅਕਾਲ ਤਖਤ ਸਾਹਿਬ, ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ, ਸ਼੍ਰੀ ਕੇਸਗੜ੍ਹ ਸਾਹਿਬ, ਸ਼੍ਰੀ ਦਮਦਮਾ ਸਾਹਿਬ, ਸ਼੍ਰੀ ਹਜ਼ੂਰ ਸਾਹਿਬ। ਅਤੇ ਗੁਰੂ ਸਾਹਿਬ ਨੂੰ ਕੇਸ ਇੰਨੇ ਪਿਆਰੇ, ਗੁਰੂ ਸਾਹਿਬ ਨੇ ਇੱਕ ਤਖਤ ਸਾਹਿਬ ਦਾ ਨਾਮ ਹੀ ਕੇਸਗੜ੍ਹ ਰੱਖ ਦਿੱਤਾ, ਕੇਸਾਂ ਦਾ ਗੜ੍ਹ। ਇੰਨੇ ਪਿਆਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕੇਸ। ਗੁਰੂ ਨਾਨਕ ਸਾਹਿਬ ਮਹਾਰਾਜ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਜਦੋਂ ਉਦਾਸੀਆਂ ਕਰਨ ਦੇ ਲਈ ਚੱਲੇ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਕਿ ਆਪ ਜੀ ਨਾ ਤਾਂ ਕੇਸ ਕਤਲ ਕਰਵਾਵੋਗੇ, ਕਟਵਾਓਗੇ, ਅਤੇ ਕੇਸਾਂ ਦੀ ਸੰਭਾਲ ਕਰੋਗੇ, ਅਤੇ ਕੇਸਾਂ ਨੂੰ ਨੰਗੇ ਸਿਰ ਕਦੇ ਨਹੀਂ ਰੱਖੋਗੇ, ਕੇਸਾਂ ਦੇ ਉੱਪਰ ਹਰ ਸਮੇਂ ਦਸਤਾਰ ਬੰਨ੍ਹ ਕੇ ਰੱਖੋਗੇ। ਕਿਉਂਕਿ ਗੁਰੂ ਨਾਨਕ ਸਾਹਿਬ ਮਹਾਰਾਜ ਜਾਣਦੇ ਸਨ ਕੇਸਾਂ ਦੀ ਮਹੱਤਤਾ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ 10ਵੇਂ ਜਾਮੇ ਦੇ ਵਿੱਚ ਜਾ ਕੇ ਇਹਨਾਂ ਕੇਸਾਂ ਨੂੰ ਮੁੱਖ ਰੱਖ ਕੇ ਵਾਜਾਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸਾ ਪ੍ਰਗਟ ਕਰਨਾ ਹੈ। ਕੇਸ ਗੁਰੂ ਕੀ ਮੋਹਰ, ਜਿੱਥੇ ਖਾਲਸਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਜਿਆ ਨਾ, ਖਾਲਸਾ ਪੰਥ ਦੀ ਜਿਸ ਸਥਾਨ ਦੇ ਉੱਪਰ ਸਥਾਪਨਾ ਕੀਤੀ ਉਸ ਨੂੰ ਕੇਸਾਂ ਦਾ ਗੜ੍ਹ ਬਣਾ ਦਿੱਤਾ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ। ਇੰਨੀ ਮਹੱਤਤਾ ਦਿੱਤੀ ਕੇਸਾਂ ਨੂੰ। ਪੀਰ ਜੀ ਉਹ 21 ਮਾਰਚ 1704 ਨੂੰ ਉਸਮਾਨ ਖਾਨ ਨੇ ਤਸੀਹੇ ਦੇ ਕੇ ਸ਼ਹੀਦ ਕੀਤਾ।